ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇੱਧਰ ਸ਼ਾਮਿਲ ਹੋਣ। ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸੰਭਵ ਨਹੀਂ ਹੈ, ਅਸੀਂ ਦੋ ਫੋਰਮਾਂ 'ਚ ਨਹੀਂ ਚੱਲ ਸਕਦੇ, ਅਸੀਂ ਸੰਯੁਕਤ ਮੋਰਚੇ ਦਾ ਪਾਰਟ ਹਾਂ, ਅਸੀਂ ਤੁਹਾਡੇ ਮੋਰਚੇ ਦਾ ਪਾਰਟ ਨਹੀਂ ਬਣ ਸਕਦੇ। ਉਹਨਾਂ ਦੀ ਗੱਲ ਸੀ ਵੀ ਜਦੋਂ ਜਬਰ ਹੋਇਆ ਸਾਡੇ 'ਤੇ, ਤਸ਼ੱਦਦ ਹੋਇਆ, ਫਿਰ ਵੀ ਤਾਂ ਤੁਹਾਨੂੰ ਆਉਣਾ ਪੈਣਾ। ਇਹ ਅਸੀਂ ਕਿਹਾ ਵੀ ਅਸੀਂ ਮੌਕੇ 'ਤੇ ਸੋਚਾਂਗੇ, ਇਹ ਅਸੀਂ ਕੀ ਕਰਨਾ ਉਹੋ ਜਿਹਾ ਅਸੀਂ ਦੇਖ ਲਾਂਗੇ, ਉਹ ਅਸੀਂ ਕਰਾਂਗੇ ਜਾਂ ਜਾਂ ਕੋਈ ਸਾਡੇ ਤੋਂ ਹੋਊਗਾ ਜੇ ਸਰਕਾਰ ਨੇ ਤੁਹਾਡੇ ਨਾਲ ਧੱਕਾ ਮੁੱਕੀ ਕੀਤੀ। ਏਕਤਾ ਵਾਸਤੇ ਨਹੀਂ ਸੀ ਆਏ ਵੀ ਅਸੀਂ ਏਕਤਾ ਇਕੱਠੇ ਸੰਘਰਸ਼ ਲੜਨਾ, ਉਹ ਸਾਡੀ ਜਥੇਬੰਦੀ ਨੂੰ ਕਾਲ ਦੇ ਕੇ ਆਪਣੇ ਪ੍ਰੋਗਰਾਮ 'ਤੇ ਲੈ ਕੇ ਆਉਣਾ ਸੀ। ਇਹ ਜਥੇਬੰਦੀਆਂ ਐਸਕੇਐਮ ਨਹੀਂ ਹੈ, ਆਲ ਇੰਡੀਆ ਐਸਕੇਐਮ ਦੇ ਨਾਲ ਕਦੇ ਅੱਜ ਤੱਕ ਗੱਲਬਾਤ 'ਚ ਕੋਈ ਬੈਠਣ ਦੀ ਕੋਈ ਕੋਸ਼ਿਸ਼, ਕੋਈ ਚਿੱਠੀ, ਕੋਈ ਪੱਤਰ, ਕੋਈ ਸੁਨੇਹਾ ਬਿਲਕੁਲ ਨਹੀਂ ਹੈ। ਤੁਸੀਂ ਕੋਈ ਪ੍ਰੋਗਰਾਮ ਰੱਖ ਕੇ ਕਹੋ ਤੁਰੇ ਜਾਂਦੇ ਨੂੰ ਵੀ ਜਾਈ ਆ ਵਿਆਹ ਜੀ ਆਪਣੇ ਕਾਕੇ ਦਾ ਆ ਜਾਓ, ਐਂ ਨਹੀਂ ਕੋਈ ਹੁੰਦਾ ਆਉਂਦਾ ਹੁੰਦਾ। ਜੇ ਕਿਸੇ ਨੇ ਹਿੱਤ ਨਾਲ ਜਾਂ ਰਾਏ ਨਾਲ ਕੋਈ ਗੱਲ ਕੀਤੀ ਹੁੰਦੀ ਹੈ ਫਿਰ ਜਾਣੀ ਐਂ ਬਣ ਜਾਂਦੀ ਹੁੰਦੀ ਹੈ ਵੀ ਜੇ ਪ੍ਰੋਗਰਾਮ ਹੀ ਕਰਨਾ ਹੁੰਦਾ ਉਹਨਾਂ ਨੂੰ, ਠੀਕ ਹੈ ਜਾਣ ਦਾ ਕਰ ਲਿਆ ਦਿੱਲੀ ਜਾਣ ਦਾ ਨਾ, ਜਿੱਥੇ ਬੰਦੀਆਂ ਦੂਜੀਆਂ ਸਹਿਮਤ ਹੁੰਦੀਆਂ। ਅਸੀਂ ਐਂ ਤਾਂ ਬੇਨਤੀ ਕਰ ਸਕਦੇ ਹਾਂ ਵੀ ਠੀਕ ਹੈ ਯਾਰ ਅਸੀਂ ਨੇ ਤਾਂ ਦਿੱਲੀ ਦੀ ਕਾਲ ਦੇ ਰੱਖੀ, ਤੁਸੀਂ ਉਸ ਦਿਨ ਤਾਲਮੇਲਮਾ ਕੋਈ ਐਕਸ਼ਨ ਕਰ ਸਕਦੇ ਹੋ। ਕੌਣ ਕੀ ਹੈ, ਕੌਣ ਕੀ ਬੋਲ ਗਿਆ, ਇਹ ਗੱਲ ਨੂੰ ਰਾ ਪਾਸੇ ਰੱਖ ਕੇ ਆਪਾਂ ਘੱਟ ਤੋਂ ਘੱਟ ਏਕਤਾ ਕਰਕੇ, ਘੱਟੋ ਘੱਟ ਏਕਤਾ ਕਰਕੇ ਆਪਾਂ ਮਿਨੀਮਮ ਏਕਤਾ 'ਤੇ ਆਪਾਂ ਇੱਕ ਦੂਜੇ ਨਾਲ ਤਾਲਮੇਲਮੇ ਐਕਸ਼ਨਾਂ ਦੇ ਵਿੱਚ ਆਈਏ। ਅੱਜ ਦੀ ਪ੍ਰੈਸ ਕਾਨਫਰੰਸ ਪਹੁੰਚੇ ਪ੍ਰੈਸ ਵਾਲੇ ਸਾਥੀਓ, ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਅਸੀਂ ਐਮਰਜੈਂਸੀ ਇਹ ਪ੍ਰੈਸ ਕਾਨਫਰੰਸ ਸੱਦੀ ਹੈ, ਤੁਸੀਂ ਇੱਥੇ ਪਹੁੰਚੇ ਹੋ, ਇਹਦਾ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਜਿਹੜੀ ਪਿਛਲੀ 22 ਫਰਵਰੀ ਨੂੰ ਚੰਡੀਗੜ੍ਹ ਦੇ ਵਿੱਚ ਐਸਕੇਐਮ ਆਲ ਇੰਡੀਆ ਦੀ ਬਹੁਤ ਵੱਡੀ ਮੀਟਿੰਗ ਹੋਈ ਸੀ ਜਿਹਦੇ ਵਿੱਚ 60-70 ਜਥੇਬੰਦੀਆਂ ਸ਼ਾਮਿਲ ਹੋਈਆਂ ਸੀ ਇੰਡੀਆ ਦੀਆਂ, ਉਹਦੇ 'ਚ ਫੈਸਲਾ ਕੀਤਾ ਗਿਆ ਕਿ ਏਕਤਾ ਪ੍ਰੋਸੈਸ ਚਲਾਇਆ ਜਾਵੇ। ਜਿਹੜੀਆਂ ਜਥੇਬੰਦੀਆਂ ਐਸਕੇਐਮ ਤੋਂ ਬਾਹਰ ਨੇ, ਐਸਕੇਐਮ ਨਾਲ ਉਹਨਾਂ ਦੇ ਕੁਛ ਬਖਰੇਵੇਂ ਨੇ, ਉਹਨਾਂ ਨਾਲ ਏਕਤਾ ਦਾ ਪ੍ਰੋਸੈਸ ਚਲਾਇਆ ਜਾਵੇ। ਇਹਦੇ ਸੰਬੰਧ 'ਚ 6 ਮੈਂਬਰੀ ਕਮੇਟੀ ਬਣੀ ਜਿਹਦੇ 'ਚ ਮੇਰਾ ਨਾਂ, ਰਾਜਿਆਲ ਸਾਹਿਬ ਦਾ ਨਾਂ, ਦਰਸ਼ਨ ਡਾਕਟਰ ਦਰਸ਼ਨਪਾਲ, ਰਮਿੰਦਰ ਪਟਿਆਲਾ, ਇੱਕ ਸਾਥੀ ਯੁੱਧਵੀਰ ਸਿੰਘ ਟਕੈਤ ਦੀ ਜਥੇਬੰਦੀ ਨਾਲ ਜੁੜੇ ਹੋਏ ਨੇ, ਇੱਕ ਕਿਸਾਨ ਸਭਾ ਦੇ ਸਾਥੀ ਹਨ ਮੁੱਲਾ ਜੀ, ਉਹ 6 ਬੰਦਿਆਂ ਦੀ ਸਾਡੀ ਇਹ ਕਮੇਟੀ ਬਣਾਈ। ਉਹ ਕਮੇਟੀ ਦਾ ਡਿਊਟੀ ਸੀ ਵੀ ਉਹ ਇਹਨਾਂ ਸਾਥੀਆਂ ਨਾਲ ਗੱਲਬਾਤ ਦਾ ਪ੍ਰੋਸੈਸ ਚਲਾਵੇ। ਇਹਦੇ 26 ਤਰੀਕ ਨੂੰ ਸਾਡੀ ਜਥੇਬੰਦੀ ਵੱਲੋਂ ਅਸੀਂ ਸਰਵਣ ਪੰਧੇਰ ਨਾਲ ਟਾਈਮ ਰੱਖ ਕੇ ਗੱਲਬਾਤ ਚਲਾਈ। ਉਹਦੇ 'ਚ ਸਰਵਣ ਪੰਧੇਰ ਉਹਨਾਂ ਦੇ ਫੋਰਮ ਦਾ, ਇੱਕ ਗੁਰਮੀਤ ਹੈ ਸ਼ਾਇਦ ਉਹ ਮੁੰਡੇ ਦਾ ਨਾਮ, ਮਾਂਗਟ ਉੱਤਰਾਖੰਡ ਯੂਪੀ ਦਾ, ਅਤੇ ਇੱਕ ਮਨਜੀਤ ਰਾਏ ਦੀ ਜਥੇਬੰਦੀ ਦਾ, ਕਾ ਜਿਹੜੀ ਮਾਲਵੇ ਦੀ ਜਥੇਬੰਦੀ ਹੈ, ਸਤਨਾਮ ਸਾਹਨੀ, ਇਹ 3 ਸਾਥੀ ਆਗੂ ਸ਼ਾਮਿਲ ਹੋਏ ਸੀ। ਉਹਨਾਂ ਨਾਲ ਕੁੱਲ ਗੱਲਬਾਤ ਕਰਨ ਤੋਂ ਬਾਅਦ ਇਹ ਤੈਅ ਹੋਇਆ ਕਿ ਤਾਲਮੇਲਮੇ ਐਕਸ਼ਨਾਂ ਦੀ ਅਤੇ ਸਹਿਮਤੀ ਬਣ ਸਕਦੀ ਹੈ, ਉਹਦਾ ਉਹਨਾਂ ਨੇ ਪੋਜ਼ੀਟਿਵ ਹੁੰਗਾਰਾ ਦਿੱਤਾ। ਅਤੇ ਨਾਲ ਇਹ ਕਹਿ ਗਏ ਵੀ ਅਸੀਂ ਦੂਜੇ ਸਾਥੀਆਂ ਨਾਲ ਰਾਏ ਕਰਕੇ ਹੀ ਕੋਈ ਫੈਸਲਾ ਕਰ ਸਕਦੇ। ਇਹਨੂੰ ਬਾਅਦ ਅਸੀਂ ਫੋਨ 'ਤੇ ਕੋਸ਼ਿਸ਼ ਕੀਤੀ ਜਗਜੀਤ ਡੱਲੇਵਾਲ ਨਾਲ ਫੋਨ 'ਤੇ, ਡੱਲੇਵਾਲ ਸਾਹਿਬ ਨੇ ਫੋਨ ਨਹੀਂ ਚੱਕੇ, 3-4 ਫੋਨ ਮੈਂ ਲਾਏ। ਕਾਕਾ ਕੋਰਡੇ ਨਾਲ ਕੋਸ਼ਿਸ਼ ਕੀਤੀ, ਉਹਨਾਂ ਨੇ ਫੋਨ ਨਹੀਂ ਚੱਕੇ, ਇਸ ਕਰਕੇ ਉਸ ਦਿਨ ਉਹਨਾਂ ਦੋਨਾਂ ਨਾਲ ਰਾਬਤਾ ਨਹੀਂ ਹੋਇਆ। ਸ਼ਾਮ ਹੋਣ ਤੋਂ ਬਾਅਦ ਅਸੀਂ ਫੈਸਲਾ ਕੀਤਾ ਵੀ ਕਾਕਾ ਸਿੰਘ ਕੋਰਡਾ ਨੂੰ ਅਸੀਂ ਖਨੌਰੀ ਜਾ ਕੇ ਮਿਲ ਲੈਂਦੇ ਹਾਂ, ਉੱਧਰਲੇ ਬਾਰਡਰ 'ਤੇ। ਉੱਧਰ ਜਾਣ ਲੱਗਿਆ ਤਾਂ ਦਰਸ਼ਨਪਾਲ ਤੋਂ ਪਤਾ ਲੱਗਿਆ ਵੀ ਉਹ ਪਿੱਛੇ ਚਲਾ ਗਿਆ ਜਿੱਥੋਂ ਦਾ ਮੁੰਡਾ ਸ਼ਹੀਦ ਹੋਇਆ, ਕੀ ਪਿੰਡ ਬੱਲੋ ਪਿੰਡ, ਉੱਥੇ ਗਏ ਹੋਇਆ ਉਹ, ਇਸ ਕਰਕੇ ਉਹਨਾਂ ਨਾਲ ਰਾਬਤਾ ਨਹੀਂ ਹੋ ਸਕਿਆ। ਫਿਰ ਅਸੀਂ ਸੁਰਜੀਤ ਫੂਲ ਨਾਲ ਰਾਬਤਾ ਕੀਤਾ, ਉਹ ਪਾਤਰਾਂ ਦੇ ਨੇੜੇ ਸਾਨੂੰ ਮਿਲ ਗਏ, ਉਹਨਾਂ ਨਾਲ ਮੀਟਿੰਗ ਅਸੀਂ ਕੀਤੀ। ਉਹਨਾਂ ਦੇ ਵਿੱਚ ਸ਼ਾਮਿਲ ਸੀਗੇ ਸੁਰਜੀਤ ਸਿੰਘ ਫੂਲ, ਜਿਹੜੇ ਸੀਨੀਅਰ ਆਗੂ ਨੇ ਉਹਨਾਂ ਦੀ ਕ੍ਰਾਂਤੀਕਾਰੀ ਯੂਨੀਅਨ ਦੇ,
ਇੱਕ ਉਹਨਾਂ 'ਚ ਲੜਕੀ ਆ ਸੁਖਮਿੰਦਰ ਕੌਰ, ਉਹ ਸ਼ਾਮਿਲ ਸੀ। ਇੱਕ ਸਾਥੀ ਹੋਰ ਸੀ, ਤਿੰਨ ਜਣੇ ਉਹ ਸੀ, ਮੈਂ ਝੰਡਾ ਸਿੰਘ ਅਤੇ ਰੂਪ ਸਿੰਘ, ਅਸੀਂ ਇੱਧਰੋਂ ਤਿੰਨ ਜਣੇ ਉਹਨਾਂ ਵਿੱਚ ਬੈਠੇ ਗੱਲਬਾਤ 'ਚ। ਉਹਨਾਂ ਸਾਥੀਆਂ ਨਾਲ ਵੀ ਇਹ ਗੱਲਬਾਤ ਜਦੋਂ ਅਸੀਂ ਕੀਤੀ ਵੀ ਯਾਰ ਇੱਕ ਸਾਂਝਾ ਐਕਸ਼ਨ ਚਲਾਇਆ ਜਾਵੇ, ਇਸ ਸਕੀਮ ਨੂੰ ਵੱਡਾ ਕਰ ਲਈਏ, ਪੁਰਾਣੀ ਜਿਹੜੀ ਸਕੀਮ ਉਹਨੂੰ ਮੁੜ ਸੁਰਜੀਤ ਕਰ ਲਈਏ, ਇਹਦੇ ਵਾਸਤੇ ਅਸੀਂ ਉਹਨਾਂ ਨਾਲ ਗੱਲ ਕੀਤੀ। ਯਾਨੀ ਇਹਦੇ 'ਚ ਤਾਂ ਉਹਨਾਂ ਦੇ ਖਾਸੀਆਂ ਗੱਲਾਂ ਦੇ ਡਿੱਕੇ ਬਣੇ ਵੀ ਆ, ਤਾਂ ਡਿੱਕੇ ਬਣੇ ਖੜੇ ਸਾਡੀਆਂ ਗੱਲਾਂ 'ਤੇ। ਹਾਂ ਵੀ ਤਾਲਮੇਲ ਮੈਂ ਐਕਸ਼ਨ ਵਾਸਤੇ ਸਹਿਮਤੀ ਬਣ ਸਕਦੀ ਹੈ, ਇਸ ਤਰ੍ਹਾਂ ਉਹਨਾਂ ਦਾ ਪੋਜ਼ਿਟਿਵ ਆਇਆ। ਪਰ ਨਾਲ ਉਹ ਵੀ ਗੱਲ ਇਹ ਕਰਕੇ ਗਏ ਵੀ ਬਾਕੀ ਫੋਰਮ ਦੇ ਵਿੱਚ ਅਸੀਂ ਮੀਟਿੰਗ ਗੱਲਬਾਤ ਕਰਾਂਗੇ, ਅਤੇ ਉੱਧਰੋਂ ਮਤਲਬ ਇਹ ਉਹਨਾਂ ਦਾ ਵੀ ਇਹੀ ਸੀਗਾ ਵੀ ਸਾਡੀ ਪਟੀਸ਼ਨ ਹੈਗੀ ਵੀ ਬਣ ਸਕਦੀ ਹੈ, ਪਰ ਆਪਣੇ ਫੋਰਮ ਦੇ ਸਾਥੀਆਂ ਨਾਲ ਅਸੀਂ ਗੱਲ ਕਰਕੇ ਫੈਸਲਾ ਕਰਾਂਗੇ। ਇਸ ਤੋਂ ਬਾਅਦ ਕੱਲ੍ਹ ਸਾਡੇ ਸਾਥੀਆਂ ਨੇ ਮਤਲਬ ਕੱਲ੍ਹ ਹੋਈ ਹੈ ਮੇਰੇ ਖਿਆਲ 'ਚ ਇਹਨਾਂ ਦੀ ਗੱਲ ਦਿਨ 'ਚ ਕਾਕਾ ਕੋਰਡਾ ਨਾਲ, ਝੰਡਾ ਸਿੰਘ ਅਤੇ ਦਰਸ਼ਨਪਾਲ ਗਏ ਨੇ ਕਾਕਾ ਕੋਰਡਾ ਨਾਲ ਗੱਲ, ਉਹਨਾਂ ਨੇ ਵੀ ਇਹ ਕਿਹਾ ਵੀ ਅਸੀਂ ਫੋਰਮ ਦੇ ਵਿੱਚ ਰਹਿ ਕਰਾਂਗੇ। ਯਾਨੀ ਦੋਨਾਂ ਤਾਲਮੇਲ ਮੈਂ ਤਾਂ ਹੋ ਸਕਦਾ ਇਹ ਰਹਿ ਕਰਕੇ ਫੈਸਲਾ ਕਰਾਂਗੇ। ਯਾਨੀ ਨਾ ਸਰਵਣ ਪਨੇਰ ਵੱਲੋਂ, ਨਾ ਕਾਕੇ ਕੋਰਡ ਦੇ ਫੋਰਮ ਵੱਲੋਂ ਇਹ ਫੈਸਲਾ ਤਾਂ ਨਹੀਂ ਆਇਆ ਵੀ ਤਾਲਮੇਲ ਮੇ 'ਤੇ ਉਹਨਾਂ ਦੀ ਪੱਕੀ ਸਹਿਮਤੀ ਬਣ ਗਈ। ਪਰ ਉਲਟਾ ਇਹ ਗੱਲ ਆ ਗਈ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਉਹ ਜਿਹੜੀਆਂ ਸਾਥੀ ਜਥੇ 32 ਜਥੇਬੰਦੀਆਂ ਨੇ ਪੰਜਾਬ ਦੀਆਂ ਉਹਨਾਂ 'ਤੇ ਅਟੈਕ ਲਿਆਂਦਾ, ਅਤੇ ਨਾਲ ਇੱਧਰ ਸਾਡੇ 'ਤੇ ਵੀ ਅਸੀਂ ਇਹਨਾਂ ਸਾਥੀਆਂ ਨੂੰ ਮਿਲੇ ਹਾਂ ਜਿਹੜਾ ਇਹ ਪ੍ਰਚਾਰਿਆ ਜਾ ਰਿਹਾ ਵੀ ਯਾਰ ਇਹਨਾਂ ਨੇ ਇਕੱਲਿਆਂ ਨਹੀਂ ਧਰਨਾ ਲਾ ਲਿਆ, ਇਹ ਪੁੱਛ ਕੇ ਨਹੀਂ ਗਏ, ਇਹ ਕਿਸੇ ਨੂੰ ਪੁੱਛਿਆ ਨਹੀਂ। ਉਹਦੇ 'ਚੋਂ ਮੋੜਵਾਂ ਇਹ ਲਿਆਂਦਾ ਵੀ ਪੁੱਛਿਆ ਕਿਉਂ ਨਹੀਂ, ਅਸੀਂ ਤਾਂ ਇਹਨਾਂ ਨੂੰ ਸਾਰਿਆਂ ਨੂੰ ਪੁੱਛ ਕੇ ਗਏ ਹਾਂ, ਜਦੋਂ ਕੋਈ ਕਿਸੇ ਨੇ ਪੈਰ ਨਹੀਂ ਲਾਏ ਉਦੋਂ ਅਸੀਂ ਗਏ। ਇਹ ਯਾਨੀ ਸਾਡੀ ਜਾਣਕਾਰੀ ਮੁਤਾਬਕ ਉਹਨਾਂ ਸਾਥੀਆਂ ਨੇ 32 ਵਾਲਿਆਂ ਨੇ 4 ਟੀਮਾਂ ਬਣਾਈਆਂ, ਜਿਹੜੀ ਇੱਕ ਟੀਮ ਦੀ ਡਿਊਟੀ ਸਾਡੇ ਨਾਲ ਵੀ ਗੱਲ ਕਰਨ ਵਾਸਤੇ ਆਈ ਹੈ, ਸਾਡੇ ਕੋਲ ਵੀ ਉਹ ਗੱਲ ਕਰਕੇ ਗਈ ਹੈ ਵੀ ਸਾਥੀ ਕੀ ਆਪਾਂ ਇਸ ਏਕਤਾ ਨੂੰ ਵੱਡੀ ਕਰ ਸਕਦੇ ਹਾਂ। ਇੱਧਰੋਂ ਸਾਡਾ ਹੰਗਾਰਾ ਸੀ ਵੀ ਹਾਂ ਏਕਤਾ ਵੱਡੀ ਹੋ ਸਕਦੀ ਹੈ, ਤੁਸੀਂ ਉਪਰਾਲਾ ਕੀਤਾ ਠੀਕ ਹੈ, ਅਸੀਂ ਜਿਸ ਤਰ੍ਹਾਂ ਚੱਲਦੇ ਹਾਂ ਤਾਲਮੇਲ ਮੈਂ ਪਹਿਲਾਂ ਵੀ ਚੱਲਦੇ ਹਾਂ, ਅੱਗੇ ਨੂੰ ਸਾਡੇ ਵਾਸਤੇ ਕੋਈ ਡਿੱਕਾ ਨਹੀਂ ਆਊਗਾ। ਜਿਹੜਾ ਤੁਸੀਂ ਡੱਲੇਵਾਲ ਨਾਲ ਗੱਲ ਕਰਨ ਦੀ ਕੀਤੀ ਹੈ ਅਤੇ ਦੂਜੀਆਂ ਜਥੇਬੰਦੀਆਂ ਨਾਲ ਗੱਲ ਰਾਜੇਵਾਲ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ ਜਾਂ ਉਹ ਭੰਦੇਰ ਹੋਰਾਂ ਨਾਲ ਗੱਲ ਕਰਨ ਦੀ ਗੱਲ ਕੀਤੀ ਹੈ, ਉਹਦੇ 'ਚ ਤੁਸੀਂ ਕੀ ਪੋਜ਼ਿਟਿਵ ਦੇਖਦੇ ਹੋ, ਤੁਸੀਂ ਉਹ ਕਰੋ, ਉਹ ਚੰਗਾ ਉਪਰਾਲਾ। ਇਹ ਉਪਰਾਲੇ ਦੀ ਸਾਨੂੰ ਰਿਪੋਰਟ ਉਹਨਾਂ ਦੀ ਮਿਲ ਗਈ ਵੀ ਉਹ ਉਪਰਾਲਾ ਕਰ ਰਹੇ ਨੇ, ਲੇਕਿਨ ਇਹਦੇ ਵਿੱਚ ਵੀ ਜਗਜੀਤ ਸਿੰਘ ਡੱਲੇਵਾਲ ਨੇ ਉਹਨਾਂ ਨੂੰ ਸਾਫ਼ ਕਰ ਗੱਲ ਕਰਤੀ, ਉਹਨਾਂ ਦੀ ਟੀਮ ਨਾਲ ਗੱਲ ਕਰਨ ਤੋਂ ਇਨਕਾਰ ਹੀ ਕਰਤਾ। ਯਾਨੀ ਇਹ ਉਹਨਾਂ ਦੀ ਸਾਡੀ ਮੋਟੀ ਰਿਪੋਰਟ ਹੈ, ਬਾਅਦ ਵੀ ਗੱਲ ਤਾਂ ਉਹ ਆਪ ਦੱਸਣਗੇ ਵੀ ਕਿਹਦੇ ਨਾਲ ਕੀ ਗੱਲ ਹੋਈ ਹੈ। ਜਿਹੜੀ ਸੀਗੀ ਇੱਧਰ ਸਾਡੇ ਨਾਲ ਗੱਲ ਕਰਨ ਦੀ ਗੱਲ ਕਰਦੇ ਨੇ ਵੀ ਅਸੀਂ ਤੁਹਾਡੇ ਨਾਲ 3 ਵਾਰੀ ਗੱਲ ਕੀਤੀ, ਇੱਕ ਵਾਰ ਤਾਂ ਸਾਥੀਓ ਸਾਡੀ ਗੱਲ ਉਹਨਾਂ ਨਾਲ ਹੋਈ ਹੈ ਲੁਧਿਆਣੇ ਆਪਣੇ ਬਰਨਾਲਾ ਦੇ ਵਿੱਚ, ਉਹ 'ਚ ਆਪਣੇ 3 ਜਣੇ ਅਸੀਂ ਸ਼ਾਮਿਲ ਸੀ, ਝੰਡਾ ਸਿੰਘ ਜੱਟੂ ਕੇ ਅਤੇ ਆਪਣਾ ਸਾਥੀ ਆਪਣਾ ਰੂਪ ਸਿੰਘ ਅਤੇ ਮੈਂ। ਜਿਹੜੀ ਹੋਈ ਹੈ 26-27 ਜਨਵਰੀ ਵਾਲੇ ਦਿਨ ਮੀਟਿੰਗ, ਮੇਰੇ ਘਰ ਸੁਰਜੀਤ ਫੂਰਵਣ ਦੀ ਟੀਮ ਆਈ ਹੈ, ਉਹ ਟੀਮ ਮੇਰੇ ਕੋਲ ਜਦੋਂ ਆਈ ਹੈ ਮੈਨੂੰ ਇਹੀ ਕਹਿਣ ਆਈ ਸੀ ਵੀ ਤੁਸੀਂ 13 ਵਾਲੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋ, ਵੀ ਸਾਡੀਆਂ ਸਾਰੀਆਂ ਜਥੇਬੰਦੀਆਂ ਦੀ ਭਾਵਨਾ ਵੀ ਉਗਰਾਹਾਂ ਵਾਲੇ 13 ਵਾਲੇ 'ਚ ਸ਼ਾਮਲ ਹੋਣ। ਸਾਡਾ ਉਹਨਾਂ ਨੂੰ 2 ਲੰਮੀਆਂ ਗੱਲਾਂ ਹੋਈਆਂ, ਪੈਸੇ ਹੋਰ ਐਨ ਵੀ 2 ਹੀ ਗੱਲਾਂ ਹੋਈਆਂ ਕਿਉਂਕਿ ਪ੍ਰੈਸ ਦੇ ਵਿੱਚ ਇੰਨੀਆਂ ਗੱਲਾਂ ਨਹੀਂ ਆ ਸਕਦੀਆਂ। ਅਸੀਂ ਉਹਨਾਂ ਦੀ ਭਾਵਨਾ ਸੀ ਵੀ ਇਹ ਇੱਧਰ ਸ਼ਾਮਿਲ ਹੋਣ, ਅਸੀਂ ਉਹਨਾਂ ਨੂੰ ਕਿਹਾ ਵੀ ਇਹ ਸੰਭਵ ਨਹੀਂ ਹੈ, ਅਸੀਂ 2 ਫੋਰਮਾਂ 'ਚ ਨਹੀਂ ਚੱਲ ਸਕਦੇ, ਅਸੀਂ ਸੰਯੁਕਤ ਮੋਰਚੇ ਦਾ ਪਾਰਟ ਹਾਂ, ਅਸੀਂ ਤੁਹਾਡੇ ਮੋਰਚੇ ਦਾ ਪਾਰਟ ਨਹੀਂ ਬਣ ਸਕਦੇ। ਉਹਨਾਂ ਦੀ ਗੱਲ ਸੀ ਵੀ ਜਦੋਂ ਜਬਰ ਹੋਇਆ ਸਾਡੇ 'ਤੇ, ਤਸ਼ੱਦਦ ਹੋਇਆ, ਫਿਰ ਵੀ ਤਾਂ ਤੁਹਾਨੂੰ ਆਉਣਾ ਪੈਣਾ। ਇਹ ਅਸੀਂ ਕਿਹਾ ਵੀ ਅਸੀਂ ਮੌਕੇ 'ਤੇ ਸੋਚਾਂਗੇ, ਇਹ ਅਸੀਂ ਕੀ ਕਰਨਾ ਉਹੋ ਜਿਹਾ ਅਸੀਂ ਦੇਖ ਲਾਂਗੇ, ਉਹ ਅਸੀਂ ਕਰਾਂਗੇ ਜਾਂ ਕੁਛ ਸਾਤੋਂ ਹੋਊਗਾ ਜੇ ਸਰਕਾਰ ਨੇ ਤੁਹਾਡੇ ਨਾਲ ਧੱਕਾ ਮੁੱਕੀ ਕੀਤੀ।
ਯਾਨੀ ਮੇਰੀ ਗੱਲ ਉਹਨਾਂ ਨਾਲ ਸਿਰਫ ਇੰਨੀ ਹੋਈ ਹੋਈ ਹੈ, ਉਹ ਸ ਏਕਤਾ ਵਾਸਤੇ ਨਹੀਂ ਸੀ ਆਏ ਵੀ ਅਸੀਂ ਏਕਤਾ ਇਕੱਠੇ ਸੰਘਰਸ਼ ਲੜਨਾ, ਉਹ ਸਾਡੀ ਜਥੇਬੰਦੀ ਨੂੰ ਕਾਲ ਦੇ ਕੇ ਆਪਦੇ ਪ੍ਰੋਗਰਾਮ 'ਤੇ ਲੈ ਕੇ ਆਉਣਾ ਸੀ। ਇਹ ਮੇਰੇ ਨਾਲ ਗੱਲ ਹੋਈ ਹੈ। ਉਦੋਂ ਪਿੱਛੋਂ ਉਹਨਾਂ ਨੇ ਗੱਲ ਉਦੋਂ ਪਹਿਲਾਂ ਜਿਹੜੀ ਗੱਲ ਉਹਨਾਂ ਨੇ ਸਾਡੇ ਨਾਲ ਬਰਨਾਲੇ ਕੀਤੀ ਹੈ, ਉਹ ਸਿਰਫ ਭੰਦੇਰ ਹੋਰਾਂ ਦਾ ਫੋਰਮ ਸੀ ਸਾਡੇ ਨਾਲ ਗੱਲ ਕਰਨਾ। ਉਦੋਂ ਡੱਲੇਵਾਲ ਸਾਹਿਬ ਉਹਨਾਂ ਦੇ ਨਾਲ ਅਟੈਚ ਨਹੀਂ ਸੀ ਹੋਏ। ਉਦੋਂ ਭੰਦੇਰ ਹੋਰਾਂ ਦੀ ਪ੍ਰਪੋਜ਼ਲ ਸੀ ਵੀ ਕੀ ਆਪਾਂ ਇਕੱਠੇ ਚੱਲ ਸਕਦੇ ਹਾਂ, ਆਪਾਂ ਇੱਕ ਫੋਰਮ ਬਣਾ ਸਕਦੇ ਹਾਂ। ਇਹਦਾ ਉਹਨਾਂ ਸਵਾਲ ਇਹ ਸੀ ਵੀ ਕੀ ਤੂੰ ਸਾਡੇ ਨਾਲ ਜੁੜ ਕੇ ਚੱਲ ਸਕਦੇ ਹੋ। ਸਾਡਾ ਜਵਾਬ ਸੀ ਵੀ ਇਸ ਤਰ੍ਹਾਂ ਨਹੀਂ, ਅਸੀਂ ਉਹ ਫੋਰਮ 'ਚ ਸ਼ਾਮਿਲ ਹਾਂ ਇਸ ਕੈਂਪ ਦੇ 'ਚ, ਉਹਦੇ 'ਚ ਅਸੀਂ ਰਹਾਂਗੇ। ਤੁਸੀਂ ਜਦੋਂ ਕੋਈ ਐਕਸ਼ਨ ਪ੍ਰੋਗਰਾਮ ਕਰੋਗੇ ਤੁਹਾਡੇ ਨਾਲ ਤਾਲਮੇਲ ਮੇਂ ਐਕਸ਼ਨ ਦੀ ਸਹਿਮਤੀ ਹੋ ਸਕਦੀ। ਇਹ ਸਹਿਮਤੀ ਅਸੀਂ ਉਹਨਾਂ ਨੂੰ ਸਾਥੀਆਂ ਨੂੰ ਦਿੱਤੀ ਸੀ, ਯਾਨੀ ਇਹਦੇ 'ਚ ਏਕਤਾ ਉਕਤਾ ਵਾਲੀ ਕੋਈ ਪ੍ਰੋਸੈਸ ਨਹੀਂ ਸੀ। ਉੱਧਰੋਂ ਸਾਨੂੰ ਆਪਦੇ ਨਾਲ ਜੋੜਨ ਦਾ ਜਿਹੜਾ ਸੀਗਾ ਉਹਨਾਂ ਤਰੀਕਾ ਸੀ, ਇਹ ਗੱਲ ਉਹਨਾਂ ਨੇ ਮੇਰੇ ਨਾਲ ਕੀਤੀ। ਇੱਦੋਂ ਪਿੱਛੋਂ ਉਦੋਂ ਤੱਕ ਜਦੋਂ ਤੱਕ ਇਹ ਮੇਰੇ ਨਾਲ ਜਿੱਦਣ ਗੱਲ ਕਰਨ ਗਏ ਨੇ ਜਿਹਦੇ 'ਚ ਝੰਡਾ ਸਿੰਘ ਅਤੇ ਮੈਂ ਅਤੇ ਰੂਪ ਸ਼ਾਮਿਲ ਹਾਂ, ਉਦੋਂ ਤੱਕ ਉਹਨਾਂ ਨੇ ਕੋਈ ਦਿੱਲੀ ਜਾਣ ਦਾ ਪ੍ਰੋਗਰਾਮ ਲੀਕਿਆ ਨਹੀਂ ਸੀ। ਇਹ ਸੱਚਾਈ ਹੈ। ਇਹਦੇ ਵਿੱਚ ਦੀ ਸ਼ਾਇਦ ਜਦੋਂ ਉਹ ਸ਼ਿੰਗਾਰਾ ਮਾਨ ਨਾਲ ਗੱਲ ਕੀਤੀ ਹੈ, ਉਹਦੇ ਬਾਰੇ ਹੁਣ ਸ਼ਿੰਗਾਰਾ ਮਾਨ ਹੀ ਦੱਸ ਸਕਦੇ ਨੇ ਵੀ ਸਾਡੇ ਨਾਲ ਉਹਨਾਂ ਦੀ ਕੀ ਗੱਲ ਹੋਈ ਹੈ। ਅਗਲੀ ਗੱਲ ਤਾਂ ਫਿਰ ਉਦੋਂ ਬਾਅਦ ਅਸੀਂ ਕਰਾਂਗੇ। ਇਹ ਸ਼ਿੰਗਾਰਾ ਮਾਨ ਨੂੰ ਮੈਂ ਬੇਨਤੀ ਕਰਦਾ ਵੀ ਉਹ ਸ਼ਿੰਗਾਰਾ ਮਾਨ ਦੱਸਣ ਵੀ ਤੁਹਾਨੂੰ ਕੌਣ ਕੌਣ ਮਿਲੇ ਅਤੇ ਤੁਸੀਂ ਕਿਹੜੀ ਗੱਲ ਕਿਹਦੇ ਨਾਲ ਕੀਤੀ। ਉਹ ਪੰਜਾਬ ਵਾਲੀਆਂ ਜਥੇਬੰਦੀਆਂ ਐਸ ਕੇ ਐਮ ਨਹੀਂ ਹੈ। ਆਲ ਇੰਡੀਆ ਐਸ ਕੇ ਐਮ ਦੇ ਨਾਲ ਕਦੇ ਅੱਜ ਤੱਕ ਗੱਲਬਾਤ 'ਚ ਕੋਈ ਬੈਠਣ ਦੀ ਕੋਈ ਕੋਸ਼ਿਸ਼, ਕੋਈ ਚਿੱਠੀ, ਕੋਈ ਪੱਤਰ, ਕੋਈ ਸੁਨੇਹਾ ਬਿਲਕੁਲ ਨਹੀਂ ਹੈ, ਕਿਉਂਕਿ ਮੈਂ ਆਲ ਇੰਡੀਆ ਜਿਹੜੀ ਐਸ ਕੇ ਐਮ ਕਮੇਟੀ ਹੈ ਉਹਦੇ ਆਗੂਆਂ 'ਚ, ਐੱਨ ਸੀ ਸੀ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਹੈ ਮੈਂ ਉਹਦਾ ਪਾਰਟ ਹਾਂ। ਇਸ ਕਰਕੇ ਉਹਨਾਂ ਦੀ ਕਮੇਟੀ ਨਾਲ ਕਦੇ ਨੈਸ਼ਨਲ ਪੱਧਰ 'ਤੇ ਕੋਈ ਗੱਲ ਕਰਨ ਵਾਸਤੇ ਕਦੇ ਕੋਈ ਚਿੱਠੀ ਕੱਢੀ ਹੋਵੇ ਜਾਂ ਕਦੇ ਕੋਈ ਸੱਦਾ ਪੱਤਰ ਆਇਆ ਹੋਵੇ ਜਾਂ ਕਦੇ ਬੈਠਣ ਦੀ ਕੋਸ਼ਿਸ਼ ਕੀਤੀ ਹੋਵੇ, ਇਹ ਤਰੀਕਾ ਨਹੀਂ ਅਪਣਾਇਆ। ਇਹ ਜਿਹੜਾ ਵਾਰ ਵਾਰ ਕਹਿੰਦੇ ਵੀ ਅਸੀਂ ਐਸ ਕੇ ਐਮ ਨਾਲ ਐਂ ਕਰਦੇ, ਐਸ ਕੇ ਐਮ ਨਾਲ ਇਹ ਕੀਤੀ, ਐਸ ਕੇ ਐਮ ਨਾਲ ਨਹੀਂ ਪੰਜਾਬ ਦੀਆਂ ਜਥੇਬੰਦੀਆਂ ਨਾਲ ਗੱਲ ਕੀਤੀ ਉਹਨਾਂ ਨੇ। ਇੱਕ ਤਾਂ ਇਹ ਤੁਹਾਡੇ ਨੋਟ ਕਰਨ ਵਾਲੀ ਗੱਲ ਹੈਗੀ ਹੈ। ਜੇਕਰ ਇਹ ਪੰਜਾਬ ਅਸੀਂ ਸਾਡੀ ਉਹਨਾਂ ਨੂੰ ਇਹ ਰਹੇ ਸੀ ਵੀ ਜੇ ਸਾਥੀਓ ਤੁਸੀਂ ਇਸ ਗੱਲ 'ਚ ਕਾਹੜ ਨਾ ਕਰਦੇ ਆਪਾਂ ਐਸ ਕੇ ਐਮ ਦਾ ਪ੍ਰੋਗਰਾਮ ਬਣ ਜਾਂਦਾ ਅਤੇ ਆਲ ਇੰਡੀਆ ਦਾ ਪ੍ਰੋਗਰਾਮ ਬਣਦਾ ਅਤੇ ਫਿਰ ਇਹ ਸਨੌਰੀ ਅਤੇ ਸੰਭੂ ਬਾਰਡਰ ਦੇ ਨਾਂ ਰੁਕਦੇ, ਫਿਰ ਇਹ ਗਾਜ਼ੀਪੁਰ ਵੇ, ਸ਼ਾਹਜਹਾਂਪੁਰ, ਪਾਲਮਪੁਰ, ਹੋਰ ਪਾਸੇ ਵੀ ਇਹ ਮੂਵਮੈਂਟ ਹੁੰਦੀ, ਇਹ ਕਿਸਾਨੀ ਦੀ ਉਹ ਮੂਵਮੈਂਟ ਹੁੰਦੀ ਜਿਹੜੀ ਇਕੱਲੀ ਪੰਜਾਬ ਤੱਕ ਸੀਮਿਤ ਬਣ ਕੇ ਰਹਿ ਗਈ, ਇਹ ਨਾ ਹੁੰਦੀ। ਚਲੋ ਇਹ ਤਾਂ ਸਾਡੀ ਰਾਏ ਜਿਵੇਂ ਸਾਥੀਆਂ ਨੂੰ ਠੀਕ ਲੱਗਿਆ। ਦੇਖੋ ਇਹਦੇ 'ਚ ਜਿਹੜਾ ਅੱਜ ਹੈ ਕੋਈ ਅਸੀਂ ਐਂ ਨਹੀਂ ਵੀ ਅਸੀਂ ਉਹਨਾਂ 'ਤੇ ਕੋਈ ਅਟੈਕ ਕਰਨ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਹੈ, ਸਾਡੇ ਵਾਸਤੇ ਜ਼ਰੂਰੀ ਬਣ ਗਿਆ ਇਹ ਵੈਸੇ ਵੀ ਉਹਨਾਂ ਦੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀਆਂ ਗੱਲਾਂ ਉਹਨਾਂ ਨੇ ਲਿਆਂਦੀਆਂ ਨੇ ਲੋਕ ਸਾਨੂੰ ਜਵਾਬ ਮੰਗਣ ਲੱਗ ਗਏ ਵੀ ਤੁਸੀਂ ਆਪਦਾ ਕੋਈ ਜਵਾਬ ਤਾਂ ਦਿਓ, ਸਾਨੂੰ ਸਾਡੀ ਮਜਬੂਰੀ ਬਣ ਗਈ ਇਸ ਗੱਲ ਦਾ ਜਵਾਬ ਦੇਣ ਦੀ ਖਾਤਰ। ਪ੍ਰਧਾਨ ਜੀ, ਪਰ ਅੰਦੋਲਨ ਜਿਸ ਨਾਲ ਜਿਸ ਤਰ੍ਹਾਂ ਜਾਰੀ ਵੀ ਰੱਖਾਂਗੇ ਜੀ, ਵੀ ਤੁਹਾਡੇ ਵਿੱਚ ਕਿਸਾਨ ਬੈਠੇ ਆ ਤਾਂ ਇਸ ਤਰ੍ਹਾਂ ਦੇ ਸਵਾਲ ਉੱਠਦੇ, ਤੁਹਾਨੂੰ ਲੱਗਦਾ ਜਿਹੜਾ ਕਿਸਾਨ ਕੇਡਰ ਉਹਦੇ 'ਚ ਇੱਕ ਨਾਰਾਜ਼ਗੀ ਜਾਰੀ ਹੈਗੀ? ਕਿਵੇਂ ਵੀ ਜਿਸ ਤਰ੍ਹਾਂ ਹੁਣ ਜਿਹੜਾ ਅੰਦੋਲਨ ਬਾਰਡਰਾਂ ਦੇ ਉੱਪਰ ਚੱਲ ਰਿਹਾ ਹੈਗਾ ਜਾਂ ਤੁਹਾਡੇ ਵੱਲੋਂ ਵੀ ਜਿਹੜਾ ਪ੍ਰਦਰਸ਼ਨ ਹੈਗਾ ਕੇਂਦਰ ਸਰਕਾਰ ਦੇ ਖਿਲਾਫ ਕੀਤਾ ਜਾ ਰਿਹਾ, ਤਾਂ ਜਦੋਂ ਇਸ ਤਰ੍ਹਾਂ ਦੇ ਕਿਸਾਨ ਲੀਡਰਾਂ ਵੱਲੋਂ ਸਵਾਲ ਖੜੇ ਕੀਤੇ ਜਾ ਰਹੇ ਨੇ ਆਪਣੇ ਹੀ ਭਰਾਵਾਂ ਕਿਸਾਨ ਲੀਡਰਾਂ ਦੇ ਉੱਪਰ, ਤਾਂ ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਕਿਸਾਨ ਕੇਡਰ ਹੈਗਾ ਉਹਦੇ ਉੱਪਰ ਜਿਹੜੀ ਨਾਰਾਜ਼ਗੀ ਹੈਗੀ ਉਹ ਜਾਵੇਗੀ? ਦੇਖੋ ਕਿਸਾਨ ਕੇਡਰ ਦੇ ਵਿੱਚ ਬਹੁਤ ਤਰ੍ਹਾਂ ਦੇ ਸਵਾਲ ਉੱਠ ਸਕਦੇ ਨੇ, ਬਹੁਤ ਸਾਰਿਆਂ ਦੇ ਸਵਾਲ ਉਹਨਾਂ ਦੇ ਜਿਹੜਾ ਜਥੇਬੰਦਕ ਹਿੱਸਾ ਨਹੀਂ ਉਹਦੇ 'ਚ ਕਿਸੇ ਕਿਸਮ ਦੇ ਸਵਾਲ ਵੀ ਉਠਾਏ ਜਾ ਸਕਦੇ ਨੇ, ਪਰ ਇਹ ਐਡੀ ਗੱਲ ਹੈ ਨਹੀਂ ਜਿੱਦਾਂ ਹਾਕਮ ਧਿਰ ਨੂੰ ਇਸ ਗੱਲ ਦਾ ਫਾਇਦਾ ਹੋ ਰਿਹਾ। ਜਿਹੜੀ ਧਿਰ ਨਾਲ ਸਾਡੀ ਸਟੇਟ ਨਾਲ ਜਿਹਦੇ ਨਾਲ ਸਾਡੀ ਲੜਾਈ ਆ ਉਸ ਧਿਰ ਨੂੰ ਇਸ ਗੱਲ ਦਾ, ਸਾਡੀ ਆਪਸ ਵਿੱਚ ਫੁੱਟਦਾ, ਸਾਡੀ ਆਪਸ ਵਿੱਚ ਬਿਆਨਬਾਜ਼ੀ ਦਾ ਉਹਨਾਂ ਨੂੰ ਜ਼ਿਆਦਾ ਫਾਇਦਾ ਹੋ ਰਿਹਾ। ਇਸ ਕਰਕੇ ਅਸੀਂ ਤਾਂ ਇਸ ਕੰਮ 'ਤੇ ਲੱਗੇ ਹੋਏ ਹਾਂ,
ਅਸੀਂ ਆਪਣੀ ਕੋਸ਼ਿਸ਼ ਜਾਰੀ ਰੱਖਾਂਗੇ। ਅਸੀਂ ਪ੍ਰੋਸੈਸ ਚਲਾ ਕੇ ਇੱਕ ਚਿੱਠੀ ਬਣਾਈ ਹੈ ਜਿਹਦੇ ਵਿੱਚ ਅੱਠ ਨੁਕਤੇ ਨੇ। ਅਸੀਂ ਉਹ ਅੱਠ ਨੁਕਤੇ ਬਣਾ ਕੇ ਜਥੇਬੰਦੀਆਂ ਦੇ ਵਿੱਚ ਲੈ ਕੇ ਜਾਵਾਂਗੇ, ਉਹਨਾਂ ਮੋਰਚਿਆਂ ਨੂੰ ਦੋਨਾਂ ਨੂੰ ਦੇਵਾਂਗੇ। ਮਿਨੀਮਮ ਏਕਤਾ ਕਿੰਨੀ ਹੋ ਸਕਦੀ ਹੈ, ਮੈਕਸੀਮਮ ਏਕਤਾ ਕਿੰਨੀ ਹੋ ਸਕਦੀ ਹੈ, ਅਸੀਂ ਇੱਕ ਦੂਜੇ ਨਾਲ ਕਿਵੇਂ ਚੱਲ ਸਕਦੇ ਹਾਂ, ਅਸੀਂ ਤਾਂ ਬੇਨਤੀ ਕਰਾਂਗੇ ਤੁਹਾਡੇ ਜ਼ਰੀਏ ਵੀ ਸਾਥੀਓ ਇਹਨਾਂ ਗੱਲਾਂ ਪਾਸੇ ਰੱਖ ਦਿਓ, ਕੌਣ ਕੀ ਹੈ ਕੌਣ ਕੀ ਬੋਲ ਗਿਆ ਇਹ ਗੱਲ ਨੂੰ ਪਾਸੇ ਰੱਖ ਕੇ ਆਪਾਂ ਘੱਟ ਤੋਂ ਘੱਟ ਏਕਤਾ ਕਰਕੇ, ਘੱਟੋ ਘੱਟ ਏਕਤਾ ਕਰਕੇ ਆਪਾਂ ਮਿਨੀਮਮ ਏਕਤਾ 'ਤੇ ਆਪਾਂ ਇੱਕ ਦੂਜੇ ਨਾਲ ਤਾਲਮੇਲਮੇ ਐਕਸ਼ਨਾਂ ਦੇ ਵਿੱਚ ਆਈਏ, ਇਹਦਾ ਜ਼ਿਆਦਾ ਫਾਇਦਾ ਹੋਣਾ ਕਿਸਾਨ ਮੂਵਮੈਂਟ ਨੂੰ। ਲੋਕ ਕਹਿਣਗੇ ਵੀ ਹਾਂ ਠੀਕ ਹੈ, ਜਿਹੜੀ ਹੁਣ ਤੁਸੀਂ ਕਹਿ ਰਹੇ ਹੋ, ਵੈਸੇ ਤਾਂ ਜਥੇਬੰਦਕ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਹੁੰਦਾ, ਮੈਨੂੰ ਇਹ ਨਹੀਂ ਲੱਗਦਾ ਵੀ ਪੰਜਾਬ ਦੀ ਜਾਂ ਹਿੰਦੁਸਤਾਨ ਦੀ ਕੋਈ ਜਥੇਬੰਦੀ ਇਸ ਵੇਲੇ ਐਕਟਿਵ ਐਕਸ਼ਨ ਦੇ ਵਿੱਚ ਨਹੀਂ ਹੈ। ਕੁੱਲ ਜਥੇਬੰਦੀਆਂ ਮੂਵ 'ਚ ਨੇ, 26 ਜਨਵਰੀ ਆ ਜਿਹੜੀ ਪਿੱਛੇ ਪਰਸੋਂ ਹੀ ਹੋ ਕੇ ਹਟਿਆ 26 ਦਾ, ਮਤਲਬ ਜਿਹੜਾ 26 ਫਰਵਰੀ ਦਾ ਟਰੈਕਟਰ ਮਾਰਚ ਹੋਇਆ, ਕੁੱਲ ਭਾਰਤ ਦੇ ਵਿੱਚ ਹੋ ਗਿਆ, ਕਰਨਾਟਕਾ 'ਚ ਵੀ ਹੋ ਗਿਆ, ਆਂਧਰਾ 'ਚ ਵੀ ਹੋ ਗਿਆ, ਤਾਮਿਲਨਾਡੂ 'ਚ ਵੀ ਹੋ ਗਿਆ, ਇਹ ਮਹਾਰਾਸ਼ਟਰਾ ਦੇ ਵਿੱਚ ਹੋ ਗਿਆ, ਮੱਧ ਪ੍ਰਦੇਸ਼ ਦੇ ਵਿੱਚ ਹੋ ਗਿਆ, ਯੂਪੀ 'ਚ ਹੋ ਗਿਆ, ਉੱਤਰਾਖੰਡ 'ਚ ਹੋ ਗਿਆ, ਬਿਹਾਰ 'ਚ ਹੋ ਗਿਆ, ਯਾਨੀ ਪੰਜਾਬ ਅਤੇ ਹਰਿਆਣੇ 'ਚ ਤਾਂ ਹੋਣੀ ਸੀ, ਯਾਨੀ ਸਾਰੀਆਂ ਸਟੇਟਾਂ ਐਕਟਿਵ ਹੋਈਆਂ ਨੇ, ਕਿਉਂਕਿ ਇਸ ਸਕੀਮ ਦੀਆਂ ਜਿਹੜੀਆਂ ਦਿੱਲੀ ਦੀਆਂ ਮੰਗਾਂ ਨੇ ਉਹਨਾਂ 'ਤੇ ਹੋਈਆਂ ਨੇ ਇਹ। ਇਹ ਉਸ ਮੋਰਚੇ ਨੂੰ ਵੀ ਹੁਲਾਰਾ ਮਿਲਿਆ, ਉੱਥੇ ਜਬਰ ਵਾਲੀਆਂ ਗੱਲਾਂ ਦਾ ਵਿਰੋਧ ਵੀ ਹੋਇਆ, ਜਦੋਂ ਮੁੰਡੇ ਉਹ ਨੌਜਵਾਨ ਸ਼ਹੀਦ ਹੋ ਗਿਆ, ਸਾਡੇ ਕਿੰਨੇ ਮੁੰਡੇ ਜ਼ਖਮੀ ਹੋ ਗਏ, ਇਹਦਾ ਬਰਾਬਰ ਜਗ੍ਹਾ ਜਗ੍ਹਾ 'ਤੇ ਵਿਰੋਧ ਹੋ ਰਿਹਾ। ਅਸੀਂ ਸਾਡੀ ਜਥੇਬੰਦੀ ਨੇ ਸਾਰੇ ਪ੍ਰੋਗਰਾਮ ਮੁਲਤਵੀ ਕਰਕੇ ਅਸੀਂ ਇਸ ਗਲਤੀ ਹੋਏ ਹੋਏ ਹਾਂ, ਇਸ ਗਲਤੀ ਲੱਗੇ ਹੋਏ ਹਾਂ। ਅੱਜ ਦੀ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਸੁਨੇਹਾ ਦੇਣਾ ਚਾਹੁੰਦੇ ਵੀ ਸਾਥੀਓ ਇਹ ਗੱਲ ਠੀਕ ਨਹੀਂ, ਇਹ ਅਟੈਕ ਕਰਨੇ ਬੰਦ ਕਰੋ, ਦੋ ਗੱਲਾਂ ਇਹਦੇ ਨਾਲ ਆਪਣਾ ਨੁਕਸਾਨ ਹੋਣਾ, ਕਿਉਂਕਿ ਜਦੋਂ ਅੱਜ ਅਸੀਂ ਜਵਾਬ ਦਿੱਤਾ ਕੱਲ੍ਹ ਨੂੰ ਤੁਸੀਂ ਫਿਰ ਜਵਾਬ ਦਿਓ ਜਾਂ ਹੋਰ ਕੋਈ ਜਵਾਬ ਦੇਵੇ, ਇਹ ਜਵਾਬ ਦਲ ਵਿੱਚ ਕੋਈ ਬਾਹਲਾ ਫਾਇਦਾ ਨਹੀਂ ਹੈਗਾ। ਅੰਦਰ ਦੀਆਂ ਗੱਲਾਂ ਨੇ ਅੰਦਰ ਬਹਿ ਕੇ ਕੀਤੀਆਂ ਜਾ ਸਕਦੀਆਂ ਹੈਗਾ, ਸਾਨੂੰ ਤਾਂ ਆਪਣੀ ਪ੍ਰੈਸ ਮੂਹਰੇ ਹੁਣ ਤਾਂ ਹੋਣਾ ਪਏਗਾ ਵੀ ਹੁਣ ਮੂੰਹ ਕਾਹਤੋਂ ਲੁਕਾਉਂਦੇ ਹੋ ਵੀ ਤੁਸੀਂ ਆਪਣੀ ਗੱਲ ਦਾ ਜਵਾਬ ਦਿਓ। ਸਾਨੂੰ 3 ਸਵਾਲ ਕਰਕੇ ਉਹਨਾਂ ਨੇ ਦੋਸ਼ੀ ਠਹਿਰਾਤਾ ਵੀ ਅਸੀਂ 3 ਵਾਰੀ ਗਏ ਹਾਂ ਜੀ, ਉਗਰਾਹਾਂ ਸਾਹਿਬ ਨੇ ਸਾਨੂੰ ਹੁੰਗਾਰਾ ਨਹੀਂ ਦਿੱਤਾ, ਇਹ ਹੈ ਨਹੀਂ ਕੋਈ ਗੱਲ, ਕਿਉਂਕਿ ਇਹ ਹੁੰਦਾ ਵੀ ਨਹੀਂ। ਤੁਸੀਂ ਕੋਈ ਪ੍ਰੋਗਰਾਮ ਰੱਖ ਕੇ ਕਹੋ ਤੁਰੇ ਜਾਂਦੇ ਨੂੰ ਵੀ ਜਾਈ ਆ ਵਿਆਹ ਜੀ ਆਪਣੇ ਕਾਕੇ ਦਾ ਆ ਜਾਓ, ਐਂ ਨਹੀਂ ਕੋਈ ਹੁੰਦਾ ਆਉਂਦਾ ਹੁੰਦਾ, ਜੇ ਕਿਸੇ ਨੇ ਹਿੱਤ ਨਾਲ ਜਾਂ ਰਹਿ ਨਾਲ ਕੋਈ ਗੱਲ ਕੀਤੀ ਹੁੰਦੀ ਹੈ ਫਿਰ ਜਾਣੀ ਐਂ ਬਣ ਜਾਂਦੀ ਹੁੰਦੀ ਹੈ ਵੀ ਜੇ ਪ੍ਰੋਗਰਾਮ ਹੀ ਕਰਨਾ ਹੁੰਦਾ ਉਹਨਾਂ ਨੇ ਠੀਕ ਹੈ ਜਾਣ ਦਾ ਕਰ ਲਿਆ ਸੀ ਦਿੱਲੀ ਜਾਣ ਦਾ ਨਾ, ਜਿੱਥੇ ਬੰਦੇ ਦੂਜੀਆਂ ਸਹਿਮਤ ਹੁੰਦੀਆਂ। ਅਸੀਂ ਐਂ ਤਾਂ ਬੇਨਤੀ ਕਰ ਸਕਦੇ ਹਾਂ ਵੀ ਠੀਕ ਹੈ ਯਾਰ ਅਸੀਂ ਨੇ ਤਾਂ ਦਿੱਲੀ ਦੀ ਕਾਲ ਦੇ ਰੱਖੀ, ਤੁਸੀਂ ਉਸ ਦਿਨ ਤਾਲਮੇਲਮਾ ਕੋਈ ਐਕਸ਼ਨ ਕਰ ਸਕਦੇ ਹੋ? ਮੈਨੂੰ ਨਹੀਂ ਲੱਗਦਾ ਵੀ ਕੋਈ ਜਥੇਬੰਦੀਆਂ ਐਂ ਕਹਿ ਦਿੰਦੀ ਵੀ ਠੀਕ ਹੈ ਅਸੀਂ ਨਹੀਂ ਕਰਦੇ। ਸਾਨੂੰ ਵੀ ਉਹ ਐਂ ਕਹਿੰਦੇ ਵੀ ਠੀਕ ਹੈ ਅਸੀਂ ਦਿੱਲੀ ਜਾਣ ਦਾ ਪ੍ਰੋਗਰਾਮ 13 ਦਾ ਰੱਖ ਰੱਖਿਆ, ਤੁਸੀਂ ਉਸ ਦਿਨ ਦਾ ਕੋਈ ਤਾਲਮੇਲਮਾ ਕਰ ਸਕਦੇ ਹੋ? ਫਿਰ ਅਸੀਂ ਵੀ ਵਿਚਾਰ ਲੈਂਦੇ ਵੀ ਹਾਂ ਤਾਲਮੇਲਮਾ ਤਾਂ ਹੋ ਸਕਦਾ, ਸਾਨੂੰ ਕੋਈ ਐਸਕੇਐਮ ਤੋਂ ਕੋਈ ਐਂ ਨਹੀਂ ਸੀ ਵੀ ਐਸਕੇਐਮ ਸਾਨੂੰ ਤਲਬ ਲੈਂਦਾ ਜੇ ਉਸ ਦਿਨ ਅਸੀਂ ਕੋਈ ਤਾਲਮੇਲਮਾ ਕਰ ਲੈਂਦੇ। ਇਹ ਸਾਥੀਆਂ ਤੋਂ ਹੋਇਆ ਨਹੀਂ, ਇਸ ਤਰ੍ਹਾਂ ਦੇ ਤਰੀਕੇ ਅਪਣਾਉਣੇ ਚਾਹੀਦੇ ਨੇ। ਅਸੀਂ ਇਸੇ ਤਰ੍ਹਾਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਕੋਈ ਤਾਲਮੇਲ ਐਕਸ਼ਨ ਤਾਲਮੇਲ ਬਣ ਜੇ, ਪੰਜਾਬ ਦੀਆਂ ਜਥੇਬੰਦੀਆਂ ਕਰ ਲੈਣ, ਫਿਰ ਭਾਰਤ ਦੀਆਂ ਜਥੇਬੰਦੀਆਂ ਦੇ ਵਿੱਚ ਵੀ ਇਹ ਸਮੱਸਿਆਵਾਂ ਹੋਣਗੀਆਂ ਦੂਜੀਆਂ ਸਟੇਟਾਂ ਦੇ ਵਿੱਚ, ਫਿਰ ਯਾਨੀ ਭਾਰਤ ਦੇ ਵਿੱਚ ਵੀ ਨਜਿੱਠਿਆ ਗਿਆ ਸਰ। ਪਰ ਪ੍ਰਧਾਨ ਜੀ ਜੇ ਗੱਲ ਕਰੀ ਜਾਵੇ ਜਿਸ ਤਰ੍ਹਾਂ ਤੁਸੀਂ ਕਿਹਾ ਹੈਗਾ, ਪਰ ਜ਼ਿਆਦਾਤਰ ਜੇ ਕਿਸਾਨਾਂ ਦੀਆਂ ਮੰਗਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਦੀਆਂ ਮੰਗਾਂ ਇੱਕੋ ਨੇਗੀਆਂ, ਤਾਂ ਫਿਰ ਲੀਡਰਾਂ ਦੀਆਂ ਜਿਹੜੇ ਕਿਸਾਨ ਲੀਡਰ ਨੇ ਉਹਨਾਂ ਦੀ ਆਪਸੀ ਜਿਹੜੀਆਂ ਕਿਹੜਾ ਨੇ ਉਹ ਕਿਉਂ ਨੇਗੀਆਂ? ਕਿਹੜਾ ਤਾਂ ਹੁੰਦੀਆਂ ਨੇ, ਕਿਹੜਾ ਤਾਂ ਹੁਣ ਤੁਸੀਂ ਪ੍ਰੈਸ ਵਾਲੇ ਹੋ ਸਾਰੇ ਇਕੱਠੇ ਬੈਠੇ ਹੋ, ਕਿਉਂਕਿ ਤੁਸੀਂ ਪ੍ਰੈਸ ਨਾਲ ਸੰਬੰਧ ਤੋਂ ਇਕੱਠੇ ਬੈਠਣਾ ਹੀ ਪੈਣਾ ਤੁਹਾਨੂੰ, ਬਖਰੇਵੇਂ ਤਾਂ ਤੁਹਾਡੇ ਵੀ ਹੋਣਗੇ, ਇਸ ਤਰ੍ਹਾਂ ਤਾਂ ਹੁੰਦੇ ਨਹੀਂ ਬਖਰੇਵੇਂ ਰਹਿ ਕੇ ਇਕੱਠੇ ਚੱਲਣਾ, ਆਹੀ ਤਾਂ ਕੁਝ ਸਿੱਖਣਾ ਹੈ, ਅਸੀਂ ਸਿੱਖਣਾ ਇਹ ਸਾਡੇ ਬਖਰੇਵੇਂ ਹੋਣ ਤੋਂ ਬਾਅਦ ਅਸੀਂ ਇਕੱਠੇ ਕਿਵੇਂ ਚੱਲ ਸਕਦੇ, ਜਦੋਂ ਸਾਡੀ ਲੋੜ ਇੱਕ ਹੈ ਸਾਡੀ ਮੰਗ ਇੱਕ ਹੈ, ਫਿਰ ਸਾਡੇ ਜਿਹੜੇ ਵਿਚਾਰਧਾਰਕ ਬਖਰੇਵੇਂ ਨੇ ਉਹ ਏਕਾ ਸਾਡੇ 'ਚ ਨਾ ਬਣਨ। 29 ਤਰੀਕ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਸੀ ਕਿ ਜਿਹੜਾ ਐਸਕੇਐਮ ਗੈਰ ਰਾਜਨੀਤਿਕ ਆ ਉਹਦੇ ਵੱਲੋਂ ਜਿਹੜਾ ਫੈਸਲਾ ਹੈਗਾ
ਦਿੱਲੀ ਕੂਚ ਦਾ ਲਿਆ ਜਾ ਸਕਦਾ ਹੈਗਾ ਤਾਂ ਜੇ ਇਸ ਤਰ੍ਹਾਂ ਦਾ ਫੈਸਲਾ ਆਉਂਦਾ, ਕਿਉਂਕਿ ਪਹਿਲਾਂ ਵੀ ਜਿਹੜਾ 21 ਤਰੀਕ ਨੂੰ ਫੈਸਲਾ ਲਿਆ ਸੀ ਵੱਡਾ ਟਕਰਾਅ ਹੋਇਆ ਤਾਂ ਇੱਕ ਕਿਸਾਨ ਵੀ ਜਿਸ ਦੀ ਮੌਤ ਹੋਈ ਹੈਗੀ, ਤਾਂ ਇਸ ਤਰ੍ਹਾਂ ਦੇ ਜੇ ਹਾਲਾਤ ਆਉਣ ਵਾਲੇ ਟਾਈਮ ਦੇ ਵਿੱਚ ਬਣਦੇ ਨੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਕੋਈ ਵੱਖਰੀ ਕੌਲ ਲਵੇਗੀ ਜਾਂ ਕਿਸ ਤਰ੍ਹਾਂ ਦਾ ਜਿਹੜਾ ਫੈਸਲਾ ਤੁਹਾਡੇ ਵੱਲੋਂ ਲਿਆ ਜਾਵੇਗਾ? ਦੇਖੋ ਫਿਲਹਾਲ ਸਾਡਾ 29 ਤਰੀਕ ਦਾ ਕੋਈ ਪ੍ਰੋਗਰਾਮ ਨਹੀਂ ਹੈ, ਅਸੀਂ ਕੁਛ ਨਹੀਂ 29 ਨੂੰ ਕਰ ਰਹੇ। ਕਿਸੇ ਤਰ੍ਹਾਂ ਦੀ ਵੀ ਹਾਲਤ ਦੇ ਲਈ ਹੋ ਗਈ, ਕੋਈ ਇਹੋ ਜਿਹੀ ਹਾਲਤ ਬਣ ਜਾਂਦੀ ਹੈ, ਫਿਰ ਸਾਨੂੰ ਉਡੀਕਣਾ ਨਹੀਂ ਪੈਂਦਾ ਵੀ 29 ਕਰੀਏ ਕਿ 28 ਕਰੀਏ। ਕੋਈ ਇਹੋ ਜਿਹੀ ਹਾਲਤ ਬਣ ਜਾਂਦੀ ਹੈ, ਕੋਈ ਇਹੋ ਜਿਹੀ ਕੋਈ ਸਥਿਤੀ ਪੈਦਾ ਕਰ ਦਿੰਦੇ ਆ ਸਟੇਟ, ਕਿ ਕੋਈ ਵੱਡਾ ਅਟੈਕ ਕਰ ਦਿੰਦੀ ਹੈ, ਕੋਈ ਵੱਡਾ ਨੁਕਸਾਨ ਕਰਨ ਦੇ ਰੌਂਗ 'ਚ ਆਉਂਦੀ ਹੈ, ਉਸ ਟਾਈਮ 'ਤੇ ਅਸੀਂ ਚੁੱਪ ਬੈਠਣਾ। ਅਸੀਂ ਤੁਹਾਡੇ ਇਸ ਗੱਲ ਦਾ ਇਸ ਮਾਧਿਅਮ ਰਾਹੀਂ ਅਸੀਂ ਉਹਨਾਂ ਸਾਥੀਆਂ ਨੂੰ ਸੁਨੇਹਾ ਭੇਜਣਾ ਚਾਹੁੰਦੇ ਹਾਂ। ਪਹਿਲਾਂ ਵੀ ਭੇਜਿਆ ਸੀਗਾ ਕਿ ਜੇ ਐਡੇ ਵੱਡਾ ਉਹਨਾਂ ਨੇ ਪ੍ਰਬੰਧ ਕਰ ਲਏ, ਸਾਨੂੰ ਦਿੱਲੀ ਨਹੀਂ ਜਾਣ ਦੇਣਾ। ਜਦੋਂ ਉਹ ਕੰਧਾਂ ਕੱਢਣ ਲੱਗ ਗਏ, ਬੈਰੀਕੇਡ ਲਾ ਤੇ, ਤੁਸੀਂ ਦਿੱਲੀ ਕੀ ਹੱਟਦੇ? ਤੁਸੀਂ ਤਾਂ ਦੁਨੀਆਂ 'ਚ ਜਾ ਵੜਿਆ ਤੁਹਾਡਾ ਅੰਦੋਲਨ ਤਾਂ। ਇਹ ਜਿੱਦਣ ਛੱਡ ਦੇਣਾ, ਕਿਸੇ ਹਰ ਹਾਲ ਦਿੱਲੀ ਜਾਣਾ, ਉੱਥੇ ਬੈਠਣ ਲੰਮਾ ਸਮਾਂ ਬੈਠਣ, ਸਰਕਾਰ ਦਾ ਬਹੁਤ ਵੱਡਾ ਲੌਸ ਹੋਊਗਾ। ਤਾਂ ਹੁਣ ਤੱਕ ਦੇ ਜੇ ਗੱਲ ਕਰੀਏ, ਹੋਰ ਨੁਕਸਾਨ ਨਾ ਹੋਵੇ, ਕਿਸਾਨ ਜਥੇਬੰਦੀਆਂ ਉੱਥੇ ਬੈਠੀਆਂ ਨੇ, ਤਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਆਪਣੇ ਤਜਰਬੇ ਤੋਂ ਇਸ ਨੂੰ ਕਿਵੇਂ ਦੇਖਦੀ ਹੈ? ਦੇਖੋ ਸਾਡੇ ਤਜਰਬੇ ਮੁਤਾਬਕ ਅਸੀਂ ਆਪਦਾ ਕਰ ਰਹੇ ਹਾਂ, ਜਿਹੜਾ ਸਾਡਾ ਤਜਰਬਾ ਹੈ। ਅੱਜ ਅਸੀਂ ਇਸ ਹਾਲਤ ਦੇ ਵਿੱਚ ਕਿਸੇ ਦੂਜੇ ਜਥੇਬੰਦੀ ਸੰਘਰਸ਼ ਕਰਦੀ ਜਥੇਬੰਦੀ 'ਤੇ ਕੋਈ ਟਿੱਪਣੀ ਕਰੀਏ, ਮੈਨੂੰ ਲੱਗਦਾ ਵੀ ਇਹ ਠੀਕ ਨਹੀਂ ਹੋਣੀ, ਘੋਲ ਨੂੰ ਨੁਕਸਾਨ ਕਰੂਗੀ। ਜੇ ਅੰਦਰਗਤੀ ਗੱਲਾਂ ਸਾਡੀਆਂ ਕਿਤੇ ਹੋਵੇ, ਕੋਈ ਸਲਾਹ ਲਵੇ, ਤਾਂ ਅਸੀਂ ਕਰ ਸਕਦੇ ਹਾਂ, ਅੰਦਰ ਬੈਠ ਕੇ ਕਰ ਸਕਦੇ ਹਾਂ। ਅਸੀਂ ਇਸ ਹਾਲਤ ਦੇ ਵਿੱਚ ਸਾਡਾ ਕੀ ਡਿਊਟੀ ਬਣਦੀ ਹੈ, ਕੀ ਫਰਜ਼ ਬਣਦਾ? ਤੁਸੀਂ ਸਾਡੇ ਨਾਲ ਜੁੜੇ ਰਹਿੰਦੇ ਹੋ, ਅਸੀਂ ਕਿਤੇ ਕਿਸੇ ਮੌਕੇ ਦੀ ਕਤਾਈ ਨਹੀਂ ਕੀਤੀ। ਜਦੋਂ ਵੀ ਕੋਈ ਐਕਸ਼ਨ ਆਉਂਦਾ, ਕੰਧਾਂ ਕੱਢੀਆਂ ਨੇ 12 ਪਹਿਲਾਂ ਸ਼ੁਰੂ ਹੋਈਆਂ ਨੇ 12 ਤਰੀਕ ਨੂੰ, 13 ਦਾ ਉਹਨਾਂ ਦਾ ਐਕਸ਼ਨ ਸੀਗਾ, 12 ਤਰੀਕ ਨੂੰ ਸਾਡਾ ਵਿਰੋਧ ਆ ਗਿਆ ਵੀ ਇਹ ਗਲਤ ਹੈ। 13 ਤਰੀਕ ਨੂੰ ਉਹਨਾਂ ਨੇ ਐਕਸ਼ਨ ਕੀਤਾ, 14 ਨੂੰ ਅਸੀਂ ਮੀਟਿੰਗ ਕਰਕੇ 15 ਤਰੀਕ ਨੂੰ ਹੀਰੇ ਨਾਲ ਰੁਕੀਆਂ ਨੇ। ਇਸੇ ਤਰ੍ਹਾਂ ਜਿਹੜੀ 23 ਤਰੀਕ ਦੀ 21 ਤਰੀਕ ਦੀ ਘਟਨਾ ਹੋਈ ਆ, ਉਹਦੇ 22 ਨੂੰ ਸਾਰਿਆਂ ਨੇ ਮੀਟਿੰਗ ਕਰਕੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਫੀਲਡ 'ਚ ਆ ਗਈਆਂ। ਯਾਨੀ ਇਸ ਤਰ੍ਹਾਂ ਅਸੀਂ ਕਿਤੇ ਕਤਾਈ ਨਹੀਂ ਕਰਦੇ, ਉਹ ਅਸੀਂ ਸਾਡੀ ਜ਼ਿੰਮੇਵਾਰੀ ਬਣਦੀ ਹੈ। ਅਸੀਂ ਨੈਤਿਕ ਤੌਰ 'ਤੇ ਇਹਦੇ ਜਮ੍ਹਾਂ ਪੱਖ 'ਚ ਕੱਢਦੇ ਰਹੇ ਹਾਂ, ਜ਼ਬਰ ਦੇ ਵਿਰੋਧ 'ਚ ਕੱਢਦੇ। ਭਾਰਤ ਦੇ ਵਿੱਚ ਜੇ ਗੱਲ ਕਰੀਏ ਪ੍ਰਧਾਨ ਜੀ, ਪਹਿਲੇ ਹਫ਼ਤੇ ਕੋੜ ਲੱਗ ਜਾਣਾ, ਤਾਂ ਲੱਗਦਾ ਵੀ ਜਿਹੜੀਆਂ ਮੰਗਾਂ ਨੇਗੀਆਂ ਕਿਸਾਨਾਂ ਦੀਆਂ ਕੇਂਦਰ ਸਰਕਾਰ ਤੋਂ ਨਵਾਈਆਂ ਜਾਣਗੀਆਂ ਇਸ ਤੋਂ ਪਹਿਲਾਂ? ਕੋੜ ਸਾਡੇ ਵਾਸਤੇ ਕੀੜਕ ਹੈ, ਭਲਾ ਕੋੜ ਲੱਗ ਜਾਵੇ? ਕੋੜ ਤਾਂ ਚੋਣ ਲੜਨ ਵਾਲੀਆਂ ਪਾਰਟੀਆਂ ਵਾਸਤੇ ਆ, ਵੀ ਹੁਣ ਆ ਗਿਆ ਮੌਕਾ ਡੁੱਗ ਡੁੱਗੀ ਖੜਕਾਉਣ ਦਾ, ਉਹ ਖੜਕਾ ਲੈਣਗੇ। ਜਨ ਤੱਕ ਜਥੇਬੰਦੀਆਂ ਦੇ ਵਿੱਚ ਅਸੀਂ ਹਾਂ, ਅਸੀਂ ਨੇ ਕਿਹੜਾ ਚੋਣਾਂ ਲੜਨੀਆਂ ਨੇ? ਅਸੀਂ ਤਾਂ ਜਦੋਂ ਫਿਰ ਸੇ ਠੀਕ ਹੈ, ਉਦੋਂ ਇਹ ਕਹਿ ਦੇਣਗੇ ਤੁਹਾਡੀਆਂ ਮੰਗਾਂ ਭਾਈ ਮੰਨੀਆਂ ਨੇ, ਇੰਪਲੀਮੈਂਟ ਨਹੀਂ ਕਰ ਸਕਦੇ। ਚੋਣ ਮੈਨੀਫੈਸਟੋ 'ਚ ਤਾਂ ਦਰਜ ਕਰ ਸਕਦੇ ਹੋ, ਕਰਜ਼ਾ ਮਾਫ਼ੀ ਦੀ ਤਾਂ ਦਰਜ ਕਰ ਸਕਦੇ ਹੋ, WTO 'ਚੋਂ ਬਾਹਰ ਆਉਣ ਦੀ ਗੱਲ ਵੀ ਤਾਂ ਦਰਜ ਕਰ ਸਕਦੇ ਹੋ, MSP ਦਾ ਕਾਨੂੰਨ ਬਣਾਉਣ ਦੀ ਗੱਲ ਤਾਂ ਤੁਸੀਂ ਦਰਜ ਕਰ ਸਕਦੇ ਹੋ। ਤੁਸੀਂ ਲੋਕਾਂ ਕੋਲ ਜਾਣਾ, ਲੋਕਾਂ ਨੂੰ ਜਵਾਬ ਕੀ ਦਿਓਗੇ? ਇਹਦੀ ਖਾਤਰ ਅਸੀਂ ਉਹਨਾਂ ਨੂੰ ਮਜ਼ਬੂਰ ਤਾਂ ਕਰ ਸਕਦੇ ਹਾਂ, ਅਸੀਂ ਤਾਂ ਕਰਾਂਗੇ ਹੋਰ ਵੀ। ਅਸੀਂ ਤਾਂ BJP ਦੇ ਲੀਡਰਾਂ ਨੂੰ ਘੇਰ ਕੇ ਉਹਨਾਂ ਨੂੰ ਸਵਾਲ ਵੀ ਕਰਾਂਗੇ, ਅਸੀਂ ਤਾਂ ਉਹਨਾਂ ਦੇ ਜਿੱਦੇ ਜਾਇਆ ਕਰਨਗੇ ਪਿੰਡਾਂ ਦੇ ਵਿੱਚ ਪ੍ਰਦਰਸ਼ਨ ਵੀ ਕਰਾਂਗੇ ਉਹਨਾਂ ਦੇ ਖਿਲਾਫ਼। ਇਹ ਸਾਰਾ ਕੁਛ ਕਰਨ ਨੂੰ ਸਾਨੂੰ ਭਲਾ ਚੋਣ ਜਾਬਤਾ ਕਿਵੇਂ ਰੋਕ ਲੂ? ਪ੍ਰਧਾਨ ਜੀ, ਜਿਹੜੀ ਆਪਾਂ ਕਹਿੰਦੇ ਜੀ ਇਹਨਾਂ ਨੇ ਕਾਹਲ ਕੀਤੀ ਹੈ ਜਿਹੜੀ ਇਸ ਕੰਮ ਨੂੰ ਕਮਜ਼ੋਰ ਕਰਨ ਵਾਸਤੇ, ਚੰਗੀ ਤਰ੍ਹਾਂ ਸਲਾਹ ਨਹੀਂ ਕੀਤੀ? ਦੇਖੋ ਸਾਨੂੰ ਲੱਗਦਾ